ਪਰ ਜਦ ਸਰਕਾਰਾਂ ਜਿਹੜੀ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ, ਸਾਡੇ ਲੀਡਰ ਸੁੱਤੇ ਪਏ ਨੇ। ਰਵਨੀਤ ਬਿੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾਂ ਨਾਲ, ਵਾਅਦਾ ਕੀਤਾ ਸੀਗਾ ਚੋਣਾਂ ਵਿੱਚ ਵੀ 3 ਸਾਲ, ਇਹਦੀ ਕਾਂਗਰਸ ਦੀ ਸਰਕਾਰ ਵੀ ਸੀਗੀ। ਆਹ ਦੇਖੋ ਮੈਂ ਦਿਖਾਉਣਾ ਹੈ ਬੁੱਢੇ ਨਾਲ ਦਾ ਪਾਣੀ ਸਾਫ਼ ਕਰਵਾਤਾ। ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਲਓ। ਆਹ ਦੇਖੋ ਟੀਟੂ ਪਾਣੀ ਨਾ ਰਿਹਾ ਵਾ, ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪੁੱਛਣਗੀਆਂ, ਕਰਾਂ ਤੁਹਾਨੂੰ ਕਹਿਣਗੀਆਂ ਵੀ ਇੱਕ ਬੰਦਾ 13 ਸਾਲ ਤੋਂ ਤੁਹਾਡੇ ਵਾਸਤੇ ਲੜਦਾ ਸੀ, ਤੁਸੀਂ ਉਹਨੂੰ ਵੋਟ ਨਹੀਂ ਪਾ ਸਕੇ। ਅੱਜ ਹਸਪਤਾਲ ਕੈਂਸਰਾਂ ਨਾਲ ਭਰੇ ਪਏ ਆ, ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਪਿਆ ਵਾ, ਆਹ ਕੀ ਕਰਦੇ ਪਏ ਆ? ਆਹ ਹਾਕੀ ਖੇਲੀ ਜਾਂਦੇ ਆ, ਫੁੱਟਬਾਲ ਖੇਲ ਲਈ ਜਾਂਦੇ ਆ, ਕਹਿੰਦੇ ਗੋਲ ਗੱਪੇ ਖਾ ਲਏ ਜੀ, ਆਹ ਸਾਡੇ ਮੁੱਦੇ ਨਹੀਂ ਆ। ਆਹ ਤਾਂ ਬਿਸਲੇਰੀ ਵਾਲਾ ਪਾਣੀ ਪੀਂਦੇ ਆ, ਆਹ ਮਹਿੰਗੀਆਂ ਮਹਿੰਗੀਆਂ ਬੋਤਲਾਂ ਪੀਂਦੇ ਆ, ਆਹ ਸਾਡੇ ਜਵਾਕ ਨੂੰ ਆਹ ਮਾਰ ਰਹੇ ਆ, ਆਹ ਬੁੱਢੇ ਨਾਲ ਦਾ ਪਾਣੀ ਆਈ ਆ। ਦੇਖੋ ਜੀ ਬੁੱਢਾ ਨਾਲ ਸਾਫ਼ ਕਰਵਾਉਣ ਦੇ ਵਾਸਤੇ ਮੈਂ 10 ਸਾਲ ਮੈਂ ਬੜਾ ਸਟਰਗਲ ਕਰ ਰਿਹਾ, ਤੁਹਾਨੂੰ ਲੋਕਾਂ ਨੂੰ ਪਤਾ ਹੀ ਆ। ਕਦੇ ਮੈਂ ਰੰਗ ਕਰ ਰਿਹਾ ਵਾਂ ਇੱਥੇ, ਕਦੇ ਮੈਂ ਮਹੰਤ ਨਜਾ ਰਿਹਾ ਵਾਂ, ਕਦੇ ਬੁੱਢੇ ਨਾਲ ਤਾਂ ਮੈਂ ਕੇਕ ਕੱਟ ਰਿਹਾ ਵਾਂ, ਕਦੇ ਮੈਂ ਸੈਂਪਲ ਲੈ ਕੇ ਆ ਰਿਹਾ ਵਾਂ, ਪਰ ਬੁੱਢਾ ਨਾਲ ਦਿਨ ਦੇ ਦਿਨ ਗੰਦਾ ਹੁੰਦਾ ਜਾਂਦਾ ਵਾ। ਕਰੋਨਾ ਦੌਰਾਨ 3 ਦਿਨਾਂ ਦੇ ਵਿੱਚ ਬੁੱਢਾ ਨਾਲ ਠੀਕ ਹੋ ਗਿਆ ਸੀਗਾ, ਪਰ ਜਦ ਦੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ, ਸਾਡੇ ਲੀਡਰ ਸੁੱਤੇ ਪਏ ਨੇ। ਰਵਨੀਤ ਬਿੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾ ਨਾਲ, ਵਾਅਦਾ ਕੀਤਾ ਸੀਗਾ ਚੋਣਾਂ ਵਿੱਚ ਵੀ 3 ਸਾਲ, ਇਹਦੀ ਕਾਂਗਰਸ ਦੀ ਸਰਕਾਰ ਵੀ ਸੀਗੀ। ਆਹ ਦੇਖੋ ਮੈਂ ਦਿਖਾਉਣਾ ਹੈ ਬੁੱਢੇ ਨਾਲ ਦਾ ਪਾਣੀ ਸਾਫ਼ ਕਰਵਾਤਾ। ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਲਓ। ਆਹ ਦੇਖੋ ਟੀਟੂ ਪਾਣੀ ਨਾ ਰਿਹਾ ਵਾ, ਕਿਉਂਕਿ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਜਲੂਸ ਕੱਢਤਾ, ਮੈਂ ਆਪਣੇ ਵੀ ਜਲੂਸ ਕੱਢਤਾ, ਅੱਜ ਮੈਂ ਆਪਣਾ ਜਲੂਸ ਕੱਢ ਕੇ ਇਹਨਾਂ ਦਾ ਜਲੂਸ ਕੱਢ ਰਿਹਾ ਵਾਂ। ਕਰਾਂ ਆਪਣੇ ਆਹ ਸਾਰੀ ਜਵਾਨੀ ਖਾ ਗਏ, ਆਹ ਕਿਸਾਨੀ ਖਾ ਗਏ, ਆਹ ਨੌਜਵਾਨੀ ਖਾ ਕੇ ਕਰਾਂ। ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ 13 ਸਾਲ ਹੋ ਗਏ ਤੁਹਾਡੀ ਲੜਾਈ ਲੜਦੇ ਨੂੰ, ਅਤੇ ਹੁਣ ਮੇਰਾ ਤੁਸੀਂ ਸਾਥ ਦਿਓ, ਕਿਉਂਕਿ ਅਸੀਂ ਜਿਹੜੇ ਲੋਕ ਹੁੰਦੇ ਹਾਂ ਅਸੀਂ ਯਾਨੀ ਜਜ਼ਬਾਤੀ ਹੁੰਦੇ ਹਾਂ, ਸਾਨੂੰ ਪਤਾ ਵਾ ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪੁੱਛਣਗੀਆਂ, ਕਰਾਂ ਤੁਹਾਨੂੰ ਕਹਿਣਗੀਆਂ ਵੀ ਇੱਕ ਬੰਦਾ 13 ਸਾਲ ਤੋਂ ਤੁਹਾਡੇ ਵਾਸਤੇ ਲੜਦਾ ਸੀ, ਤੁਸੀਂ ਉਹਨੂੰ ਵੋਟ ਨਹੀਂ ਪਾ ਸਕੇ। ਆਹੀ ਗੱਲ ਬਾਤ ਆ ਜੀ, ਜਾਗਣਗੀ ਦੁਨੀਆ, ਦੁਨੀਆ ਜਾਗੂਗੀ। ਕਿਰਾ ਅੱਜ ਹਸਪਤਾਲ ਕੈਂਸਰਾਂ ਨਾਲ ਭਰੇ ਪਏ ਆ, ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਪਿਆ ਵਾ, ਆਹ ਕੀ ਕਰਦੇ ਪਏ ਆ? ਆਹ ਹਾਕੀ ਖੇਲੀ ਜਾਂਦੇ ਆ, ਫੁੱਟਬਾਲ ਖੇਲ ਲਈ ਜਾਂਦੇ ਆ, ਕਹਿੰਦੇ ਗੋਲ ਗੱਪੇ ਖਾ ਲਏ ਜੀ, ਆਹ ਸਾਡੇ ਮੁੱਦੇ ਨਹੀਂ ਆ। ਸਾਡੇ ਮੁੱਦੇ ਆਹ ਵਾ, ਇਹਨਾਂ ਨੂੰ ਮੈਂ ਜਗਾਉਣ ਲੈ ਕੇ ਆਇਆ ਵਾਂ। ਅੱਜ ਲੀਡਰਾਂ ਦੇ ਮੂੰਹ 'ਤੇ ਚਪੇੜ ਮਾਰ ਰਹੀ ਆ ਮੈਂ, ਅੱਜ ਵੀ ਨਹਾ ਕੇ ਮੈਂ ਲੀਡਰ ਦੇ ਮੂੰਹ 'ਤੇ ਚਪੇੜ ਮਾਰੀ ਆ। ਬੁੱਢੇ ਨਾਲ ਦਾ ਪਾਣੀ ਲੈ ਕੇ ਆਉਂਦਾ ਜੀ, ਕਹਿੰਦੇ ਜੀ ਸਾਫ਼ ਹੋ ਗਿਆ। ਕਰੋਨਾ ਨੇ 3 ਦਿਨਾਂ ਦੇ ਵਿੱਚ ਸਾਫ਼ ਕਰਤਾ ਸੀਗਾ, ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰਦੇ ਆ, ਸਾਡੇ ਲੀਡਰ ਸਿਆਸਤ ਕਰਦੇ ਆ, ਪਰ ਇਹਨੂੰ ਠੀਕ ਨਹੀਂ ਕਰਦੇ ਇਹਨੂੰ। ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ, ਆਹ ਦੇਖੋ ਜੀ ਮੈਂ ਆਪਣਾ ਜਲੂਸ ਕੱਢ ਗਏ, ਇਹਨਾਂ ਲੀਡਰਾਂ ਦਾ ਜਲੂਸ ਕੱਢ ਰਿਹਾ ਮੈਂ ਇਹਨਾਂ ਦਾ। ਆਹ ਤਾਂ ਬਿਸਲੇਰੀ ਵਾਲਾ ਪਾਣੀ ਪੀਂਦੇ ਆ, ਆਹ ਮਹਿੰਗੀਆਂ ਮਹਿੰਗੀਆਂ ਬੋਤਲਾਂ ਪੀਂਦੇ ਆ, ਪਰ ਸਾਡੇ ਜਵਾਕ ਜਿਹਨੂੰ ਆਹ ਮਾਰ ਰਿਹਾ, ਆਹ ਬੁੱਢੇ ਨਾਲ ਦਾ ਪਾਣੀ ਆਈ ਯਾਰ। ਬੁੱਢਾ ਨਾਲ ਆਹੀ ਆ ਜੀ, ਮੇਰੇ ਕੋਈ ਹੁਣ ਤਰੀਕਾ ਨਹੀਂ ਬਚਿਆ, ਮੈਂ ਸਾਰੇ ਤਰੀਕੇ ਅਪਣਾ ਲਏ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗੀ ਆ, ਤੁਸੀਂ ਚੈਨਲਾਂ 'ਤੇ ਖਬਰਾਂ ਲਾਉਣੇ, ਮੈਂ ਮੇਰੇ ਕੋਲ ਕੋਈ ਤਰੀਕਾ ਨਹੀਂ ਬਚਿਆ, ਹੁਣ ਮੇਰੇ ਕੋਲ ਆਹੀ ਤਰੀਕਾ ਵਾ। ਇਸ ਕਰਕੇ ਮੈਂ ਵੀ ਆਹ ਪ੍ਰੋਟੈਸਟ ਕਰ ਰਿਹਾ ਵਾਂ, MP ਚੋਣ ਲੜ ਰਿਹਾ ਵਾਂ, ਮੇਰੇ ਵਾਸਤੇ ਬੜੀ ਕਠਿਨ ਘੜੀ ਆ। ਕਈ ਇਸ ਨੂੰ ਤਮਾਸ਼ਾ ਵੀ ਦੱਸਣਗੇ, ਕਿਹੜਾ ਕਈ ਇਹਨੂੰ ਕਹਿਣਗੇ ਡਰਾਮਾ ਵੀ ਦੱਸਣਗੇ, ਕਿਹੜਾ ਆਹ ਡਰਾਮਾ ਨਹੀਂ ਆ, ਆਹ ਲੋਕਾਂ ਦੇ ਮੁੱਦੇ ਆ, ਆਹ ਲੋਕਾਂ ਦੇ ਮੁੱਦੇ ਆ ਜਿਹੜੇ ਮੈਂ ਅੱਜ ਲੈ ਕੇ ਆਇਆ ਵਾਂ, ਆਹ ਲੋਕਾਂ ਦੇ ਮੁੱਦੇ ਆ। ਠੀਕ ਹੈ।